ਇਹਨਾਂ ਕਰਕੇ ਮੈਂ ਅੱਜ ਇੱਥੇ ਖੜੀ ਹੋਈ ਹਾਂ ਤੇ ਕਾਇਮ ਹਾਂ। ਇਹਨਾਂ ਦਾ ਧੰਨਵਾਦ ਬਹੁਤ ਬਹੁਤ। ਅੱਜ ਦੇ ਪੁਲਿਸ ਦੇ ਰਵੱਈਏ ਨੂੰ ਤੁਸੀਂ ਕਿਵੇਂ ਦੇਖਦੇ ਹੋ? ਬੜਾ ਗੰਦਾ ਰਵੱਈਆ ਸੀ, ਬਹੁਤ ਗਲਤ ਰਵੱਈਆ ਸੀ ਇਹਨਾਂ ਨੇ ਬੁਰੀ ਤਰ੍ਹਾਂ ਨਾਲ। ਨਾ ਇਹਨਾਂ ਨੇ ਦੇਖਿਆ ਕਿ ਲੇਡੀਜ਼ ਹੈ, ਨਾ ਇਹਨਾਂ ਨੇ ਦੇਖਿਆ ਕਿ ਬੱਚੀਆਂ, ਸਿਰਫ ਡਾਂਗਾਂ ਵਰਾਈਆਂ, ਬੁਰੀ ਤਰ੍ਹਾਂ ਡਾਂਗਾਂ ਵਰਾਉਂਦੇ ਗਏ। ਉਸ ਤੋਂ ਬਾਅਦ ਜਦੋਂ ਨਹੀਂ ਕਾਬੂ ਆਇਆ ਤਾਂ ਇਹਨਾਂ ਨੇ ਅਥਰੂ ਗੈਸ ਦੇ ਗੋਲੇ ਛੱਡੇ। ਇੱਕ ਵਾਰ ਵੀ ਡੀਸੀ ਨੇ ਆ ਕੇ ਇਹ ਨਹੀਂ ਕਿਹਾ ਕਿ ਬੈਠ ਕੇ ਗੱਲ ਕਰ ਲਓ ਜਾਂ ਤੁਸੀਂ ਆਪਣੀ ਸਮੱਸਿਆ ਦੱਸੋ। ਉਹ ਸਿਰਫ ਆਪਣੀ ਗਲਤੀ ਲੁਕੋ ਰਹੇ ਆ, ਹੋਰ ਕੁਝ ਨਹੀਂ ਕਰ ਰਹੇ। ਕੱਲ ਵੀ ਤੁਹਾਡੇ ਵੱਲੋਂ ਜਿਹੜਾ ਬੈਰੀਕੇਡ ਤੋੜ ਕੇ ਤੁਸੀਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਆਪਦਾ ਵੱਲੋਂ ਧਰਨਾ ਲਗਾ ਦਿੱਤਾ ਗਿਆ ਸੀ, ਪਰ ਉੱਥੋਂ ਵੀ ਕੱਲ ਜਬਰੀ ਤੁਹਾਨੂੰ ਉਠਾਇਆ ਗਿਆ ਸੀ, ਅੱਜ ਫਿਰ ਇੱਕ ਜਬਰੀ ਜ਼ਬਤੀ ਜਿਹੜਾ ਧਰਨੇ ਨੂੰ ਬਥੇਰਿਆ ਗਿਆ, ਕੀ ਕਹੋਗੇ? ਕਹਿਣਾ ਮੈਂ ਸਿਰਫ ਦੋ ਸ਼ਬਦ ਇਹੀ ਚਾਹੂੰਗੀ ਕਹਿਣਾ, ਡੀਸੀ ਕੁਮਾਰ ਸੌਰਵ ਜਾਜ, ਸ਼ਰਮ ਕਰੋ, ਸ਼ਰਮ ਨਹੀਂ ਤਾਂ ਡੁੱਬ ਮਰੋ। ਇਸ ਤੋਂ ਜ਼ਿਆਦਾ ਮੈਂ ਕੁਛ ਨਹੀਂ ਕਹਿਣਾ ਚਾਹੁੰਦੀ, ਕਿਉਂਕਿ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ। 3 ਮਹੀਨੇ ਤੋਂ ਪਹਿਲਾਂ ਤੁਹਾਡੀ ਕੰਪਲੇਂਟ ਆਈ ਹੋਈ ਹੈ, ਉਸਤੇ ਵੀ ਕੋਈ ਕਾਰਵਾਈ ਨਹੀਂ ਹੋਈ, ਕੋਈ FIR ਨਹੀਂ ਹੋਈ, ਉਸ ਤੋਂ ਲੈ ਕੇ ਕੀ ਅਗਲਾ ਤੁਹਾਡਾ ਕਦਮ ਕੀ ਹੋਏਗਾ? ਦੇਖੋ, ਜਦੋਂ ਲੜਾਈ ਸ਼ੁਰੂ ਹੋਈ ਸੀ ਤਾਂ ਮੈਨੂੰ ਲੱਗਦਾ ਸੀ ਮੇਰੇ ਕੋਲ ਬਹੁਤ ਸਬੂਤ ਹੈ, ਹਾਲਾਂਕਿ 0 FIR ਹੈ, ਫਿਰ ਵੀ ਮੈਂ ਹਰ ਤਰ੍ਹਾਂ ਦੇ ਸਬੂਤ ਪੇਸ਼ ਕੀਤੇ ਤੇ ਜਨਤਕ ਵੀ ਹੁੰਦੇ ਗਏ ਸਬੂਤ ਲਗਾਤਾਰ, ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ। ਮੈਨੂੰ ਨਹੀਂ ਸੀ ਇਹ ਕਾਰਵਾਈ ਇੰਨਾ ਡਿਲੇ ਹੋਏਗੀ, ਪਰ ਜੇ ਇਨਸਾਫ਼ ਲਿਆਂਦਾ ਰਹਾ ਇੰਨਾ ਔਖਾ ਹੈ ਤੇ ਹੁਣ ਇਸ ਤੇ ਤੁਰ ਪਏ ਆ ਤਾਂ ਮੈਂ ਤੁਰੂੰਗੀ ਔਰ ਆਪਣਾ ਜਿਹੜਾ ਇਨਸਾਫ਼ ਲੈ ਕੇ ਰਹੂੰਗੀ। ਸਾਡੇ ਉੱਤੇ ਅਥਰੂ ਗੈਸ ਮਾਰੇ ਹੈਗੇ ਨੇ, ਅਥਰੂ ਗੈਸ ਸਾਡੇ ਤੋਂ ਸਿੱਧੇ ਅਥਰੂ ਗੈਸ ਉੱਟੇ ਨੇ, ਉਹਨਾਂ ਦੇ ਕਰਕੇ ਹੋਇਆ ਹੈਗਾ ਵਾ। ਇੱਕ ਮਹਿਲਾ ਡਾਕਟਰ 1 ਮਿੰਟ ਕਹਿੰਦੇ ਧੀ ਦੀ ਰੱਖਿਆ ਕਰੋ, ਧੀ ਨੂੰ ਪੜਾ ਜੋ, ਧੀ ਪੜ੍ਹ ਕੇ ਕਰੋ, ਬਾਹਰ ਨਿਕਲਦੀ ਹੈਗੀ ਆ ਤਾਂ ਉੱਥੇ ਦਾ ਰੇਪ ਹੁੰਦਾ ਵਾ, ਜਿਸ ਸ਼ੋਸ਼ਣ ਹੁੰਦਾ ਹੈਗਾ ਧੀ ਦਾ, ਤੇ ਉਦੋਂ ਜਿਹੜਾ ਹੈਗਾ 10 ਜ਼ਿਲ੍ਹਿਆਂ ਦੀ ਪੁਲਿਸ ਡੀ ਸੀ ਲਾ ਕੇ ਉਸ ਇੱਕ ਰੇਪਿਸ ਨੂੰ ਜਿਹੜਾ ਹੈਗਾ ਸ਼ੋਸ਼ਣ ਕਰਨ ਵਾਲਾ ਉਹਨੂੰ ਬਚਾਇਆ ਜਾਂਦਾ ਹੈਗਾ। ਕੀ ਲੱਗਦਾ ਤੁਹਾਨੂੰ ਵੀ ਕਿਉਂ ਨਹੀਂ FIR ਦਰਜ ਕੀਤੀ ਜਾ ਰਹੀ? ਕਿਉਂਕਿ FIR ਦੇ ਦਰਜ ਡੀ ਸੀ ਦਾ ਜਾਂ ਇੱਥੋਂ ਦੇ ਪ੍ਰਸ਼ਾਸਨ ਹੈਗਾ ਵਾ, ਉਹਦੇ ਹੱਥ ਬੰਨੇ ਹੋਏ ਨੇ, ਉਹਨਾਂ ਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਵਿੱਚ ਉਹ ਇਨਵੋਲਵ ਹੈਗੇ ਨੇ। ਜ਼ਖਮੀ ਬਹੁਤ ਸਾਰੇ ਜ਼ਖਮੀ, ਸਾਡੀਆਂ ਕੁੜੀਆਂ ਵੀ ਜ਼ਖਮੀ ਆ, ਬਜ਼ੁਰਗਾਂ ਨੂੰ ਡਾਂਗਾਂ ਦੇ ਨਾਲ ਪੂਰੀ ਤਰ੍ਹਾਂ ਕੁੱਟਿਆ ਗਿਆ, ਜਿਹੜੇ ਕੁੜੀਆਂ ਦੇ ਗੋਡਿਆਂ ਦੇ ਸੱਟਾਂ ਲੱਗੀਆਂ ਨੇ, ਉਹਨਾਂ ਦੇ ਸਿੱਧੇ ਉਹਨਾਂ ਛਾਤੀਆਂ ਦੇ ਉੱਪਰ ਡਾਂਗਾਂ ਮਾਰੀਆਂ ਗਈਆਂ ਜੈਂਟਸ ਪੁਲਿਸ ਦੇ ਵੱਲੋਂ। ਸਾਡੀ ਮੁੱਖ ਮੰਗਾਂ ਵਿੱਚ ਇੱਕ ਇਹ ਸੀ ਵੀ ਸੰਜੇ ਗੁਪਤਾ ਦੇ ਜਿਹੜਾ ਹੈਗਾ ਵਾ ਤੇ ਲੱਜਾ ਦੇ ਵੀ ਜਿਹੜਾ ਉਹਦੇ ਪਰਚਾ ਦਰਜ ਕੀਤਾ ਜਾਵੇ, ਬਸ ਸਾਡੇ ਤੋਂ ਵੱਧ ਕੋਈ ਮੰਗ ਨਹੀਂ ਸੀ ਹੈਗੀ ਇਹਨਾਂ ਦੇ ਵਿੱਚ। ਸੈਸੀ ਰੋਸ ਦਰਸ਼ਨ ਜਿਹੜੇ ਹੈਗੇ 16 ਤਰੀਕ ਤੋਂ 16 ਨਵੰਬਰ ਤੋਂ ਲਗਾਤਾਰ ਕਰ ਰਹੇ ਹੈਗੇ ਆ, 90 ਦਿਨ ਬੀਤ ਜਾਣ ਤੋਂ ਪਿੱਛੋਂ ਵੀ ਜਿਹੜਾ ਹੈਗਾ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਇਹਨਾਂ ਨੇ। ਇਸ ਤੋਂ ਬਾਅਦ ਅਸੀਂ ਇੱਥੋਂ ਨਹੀਂ ਜਾਵਾਂਗੇ ਜਦੋਂ ਤੱਕ ਸਾਨੂੰ ਇਹ ਸੰਜੇ ਗੁਪਤਾ ਤੇ ਕੋਈ ਐਕਸ਼ਨ ਨਹੀਂ ਕੀਤਾ ਜਾਂਦਾ, ਲੱਜਾ ਦੇਵ ਦੇ ਐਕਸ਼ਨ ਨਹੀਂ ਕੀਤਾ ਜਾਂਦਾ ਹੈਗਾ, ਤੇ ਇੱਥੋਂ ਜਿਹਨਾਂ ਨੇ ਪੁਲਿਸ ਅਧਿਕਾਰੀਆਂ ਨੇ ਔਰਤਾਂ ਦੀਆਂ ਛਾਤੀਆਂ ਦੇ ਡਾਂਗਾਂ ਮਾਰੀਆਂ, ਉਹਨਾਂ ਨੂੰ ਜਦੋਂ ਤੱਕ ਨਹੀਂ ਇਨਸਾਫ਼ ਮਿਲਦਾ ਅਸੀਂ ਇੱਥੋਂ ਨਹੀਂ ਹਿੱਲਾਂਗੇ, ਜੋ ਮਰਜ਼ ਮਰਨ ਤੋਂ ਮਰ ਜਾਾਂਗੇ। ਕਿਸ ਤਰ੍ਹਾਂ ਦਾ ਜਦੋਂ ਡੀਸੀ ਦਾ ਘਰਾਓ ਕੀਤਾ ਜਾਣਾ ਸੀ? ਨਹੀਂ, ਸਾਡੇ ਡੀਸੀ ਦਫ਼ਤਰ ਦਾ ਅਸੀਂ ਘਰਾਓ ਕਰਨ ਵਾਸਤੇ ਜਾ ਰਹੇ ਸੀ, ਉਹਨਾਂ ਨੇ ਕਹਿ ਰਹੇ ਸੀ ਵੀ FIR ਦੀ ਜਿਹੜੀ ਉਹ FIR ਦਰਜ ਕੀਤੀ ਜਾਵੇ। ਇੱਕ ਮੈਨੇ ਕਹਿੰਦੇ ਵੀ 0 ਕੰਪਲੇਨ ਦੇ ਉੱਪਰ ਜਿਹੜੀ ਔਰਤਾਂ ਦੇ ਉੱਪਰ FIR ਦਰਜ ਕੀਤੀ ਜਾਂਦੀ, 0 ਕੰਪਲੇਨ ਤੋਂ ਕੋਈ FIR ਦਰਜ ਨਹੀਂ ਕੀਤੀ ਜਾਂਦੀ, 90 ਦਿਨਾਂ ਤੱਕ ਵੀ ਕੋਈ ਕਾਰਵਾਈ ਨਹੀਂ ਇੱਥੇ ਹੁੰਦੀ ਹੈਗੀ। ਸਾਡੇ ਵੱਲੋਂ ਸ਼ਾਂਤਮਈ ਤਰੀਕੇ ਨਾਲ ਡੀਸੀ ਦਫ਼ਤਰ ਦੇ ਘਰਾਓ ਦਾ ਐਲਾਨ ਸੀ, ਐਕਸ਼ਨ ਕਮੇਟੀ ਦੀ ਅਗਵਾਈ ਦੇ ਵਿੱਚ ਅਸੀਂ ਜਾ ਰਹੇ ਸੀਗੇ ਪੁਰਅਮਨ ਤਰੀਕੇ ਨਾਲ, ਤਾਂ ਪੁਲਿਸ ਨੇ ਪਹਿਲਾਂ ਜਿਹੜਾ ਉਹ ਬੈਰੀਕੇਡਿੰਗ ਦੇ ਕੋਲ ਜਾ ਕੇ ਜਿਹੜਾ ਪਾਣੀ ਦੀਆਂ ਬੁਛਾਰਾਂ ਛੱਡੀਆਂ, ਫਿਰ ਅਥਰੂ ਗੈਸ ਦੇ ਗੋਲੇ ਔਰ ਫਿਰ ਕੁੱਟਣ ਦੇ ਤਰੀਕੇ ਨਾਲ ਬਹੁਤ ਬੁਰੀ ਤਰ੍ਹਾਂ ਵਿਦਿਆਰਥਨਾਂ ਨੂੰ ਸਾਡੀਆਂ ਲੜਕੀਆਂ ਨੂੰ ਵੀ ਭੈਣਾਂ ਨੂੰ ਵੀ ਬਹੁਤ ਬੁਰੀ ਤਰ੍ਹਾਂ ਕੁੱਟਿਆ। ਮੇਰੀ ਪੱਟ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਜਿਹੜਾ ਉਹਨਾਂ ਨੇ ਮਾਰਿਆ ਹੈਗਾ, ਹੁਣ ਦਰਦ ਕਰ ਰਹੀ ਬਹੁਤ ਜ਼ਿਆਦਾ, ਅਤੇ ਸਿਰ ਦੇ ਵਿੱਚ ਵੀ ਆ ਰੋਬੜਾ ਪਿਆ ਹੋਇਆ, ਪੱਗ ਲਾਤੀ ਉਹਨਾਂ ਨੇ ਮੇਰੀ। ਕਿੰਨੇ ਕੁ ਜਿਹੜੇ ਜ਼ਖਮੀ ਹੋਏ ਆ ਤੁਹਾਡੇ? ਜ਼ਖਮੀ ਸਰ ਅਸੀਂ 11 ਜਣੇ ਇੱਥੇ ਸੀਗੇ, 10-11 ਜਣੇ, ਉਹਨਾਂ 'ਚੋਂ 5-6 ਜਣੇ ਜਿਹੜੀ ਉਹਨਾਂ ਦੇ ਜ਼ਿਆਦਾ ਸੀਗੀਆਂ, ਬਾਕੀਆਂ ਦੇ ਡਾਂਗਾਂ ਤਾਂ ਹਰ ਇੱਕ ਦੇ ਮਾਰੀਆਂ ਉਹਨਾਂ ਨੇ, ਬਹੁਤ ਬੁਰੀ ਤਰ੍ਹਾਂ ਕੁੱਟਿਆ ਜੀ। ਗ੍ਰਿਫਤਾਰ ਸਰ ਸਾਨੂੰ ਇੱਕ ਵਾਰੀ ਕੀਤਾ ਸੀ, ਹੁਣ ਛੱਡਤਾ, ਬਾਕੀ ਪਤਾ ਨਹੀਂ ਕਿਸੇ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਔਰਤਾਂ ਤੇ ਲੜਕੀਆਂ ਸੀ ਉਹਨਾਂ 'ਤੇ ਵੀ ਕੋਈ ਹੋਈ? ਹਾਂ, ਬਹੁਤ ਬੁਰੀ ਤਰ੍ਹਾਂ ਜੀ। ਰਜਿੰਦਰ ਸਿੰਘ ਜਿਹੜਾ ਕਿਰਤੀ ਕਿਸਾਨੀ ਨੇ ਦਾ ਮੀਤ ਪ੍ਰਧਾਨ ਆ ਸੂਬੇ ਦੇ, ਉਹਨਾਂ ਦੀ ਜਿਹੜੀ ਵਾਈਫ ਆ ਇਸਤਰੀ ਜਾਗਰਣੀ ਮੰਚ ਦੀ ਆਗੂ ਵੀ ਆ ਜਗਰੂਪ ਕੌਰ, ਉਹਨੂੰ ਬਹੁਤ ਬੁਰੀ ਤਰ੍ਹਾਂ ਉਹਨਾਂ ਨੇ ਕੁੱਟਿਆ ਹੈਗਾ, ਹੁਣ ਵੀ ਉਹ ਬਹੁਤ ਨੀਮ ਬੇਹੋਸ਼ੀ ਦੀ ਹਾਲਤ ਦੇ ਵਿੱਚ ਚੱਲ ਰਹੀ ਸੀਗੀ। ਜਿਹੜੀ ਮਹਿਲਾ ਡਾਕਟਰ ਜੀ ਦਾ ਮਾਮਲਾ ਚੱਲਦਾ ਹੈ, ਉਹਨੂੰ ਵੀ ਪਾਣੀ ਦੀਆਂ ਬੁਛਾਰਾਂ ਦਾ ਸਾਹਮਣਾ ਕਰਨਾ ਪਿਆ, ਉਹਦੇ ਵੀ ਮਾਰੀਆਂ ਹੈਗੀਆਂ। ਉਹਨਾਂ ਦੀ ਲੜਕੀ ਜਿਹੜੀ ਉਹਨੂੰ ਵੀ ਬਹੁਤ ਜ਼ਿਆਦਾ ਕੁੱਟਿਆ ਗਿਆ, ਜੁੰਡੇ ਖਿਲਾਰਤੇ ਹੀ ਉਹਨਾਂ ਦੇ। ਤੋਂ ਅਗਲਾ ਤੁਹਾਡਾ ਕੀ ਹੈਗਾ? ਸਰ, ਜਿਵੇਂ ਐਕਸ਼ਨ ਕਮੇਟੀ ਤੈਅ ਕਰੂਗੀ, ਅਸੀਂ ਜਿੰਨਾ ਸਮਾਂ ਮਹਿਲਾ ਡਾਕਟਰ ਨੂੰ ਇਨਸਾਫ਼ ਨਹੀਂ ਮਿਲਦਾ ਉਹਨਾਂ ਸਮਾਂ ਡਟੇ ਰਵਾਂਗੇ। ਅਸੀਂ ਚਾਹੇ ਸਾਡੀਆਂ ਹੱਡੀਆਂ ਟੁੱਟ ਸਕਦੀਆਂ ਪਰ ਸਾਡੇ ਹੌਸਲੇ ਨਹੀਂ ਟੁੱਟਣਗੇ, ਕਿਉਂਕਿ ਜਦੋਂ ਦਾ ਮੁਲਕ ਦਾ ਮਾਹੌਲ ਆ, ਔਰਤਾਂ ਵਿਰੋਧੀ ਮਾਹੌਲ ਇੱਕ ਬਣਾਇਆ ਜਾ ਰਿਹਾ ਹੈਗਾ, ਲੋਕ ਵਿਰੋਧੀ ਮਾਹੌਲ ਬਣਾਇਆ ਜਾ ਰਿਹਾ, ਅਤੇ ਪੁਲਿਸ ਜਿਹੜੇ ਸਿਆਸਤਦਾਨਾਂ ਦੇ ਜਿਹੜਾ ਪਿੱਠ 'ਤੇ ਖੜੀ ਹੋਈ ਆ, ਬਲਾਤਕਾਰੀਆਂ ਦੇ ਪਿੱਠ 'ਤੇ ਖੜੀ ਹੋਈ ਆ। ਪੁਲਿਸ ਦਾ ਕਹਿਣਾ ਇਹ ਹੈ ਵੀ ਜੇ ਸ਼ਾਂਤਮਈ ਢੰਗ ਨਾਲ ਉਹ ਕਰਦੇ ਤਾਂ ਨਹੀਂ, ਅਸੀਂ ਕੋਈ ਕਹਿੰਦੇ ਸੀਗੇ ਸਰ, ਸਰ ਤੁਹਾਡੇ ਸਾਹਮਣੇ ਆ ਕਿ ਡੀਸੀ ਦਫ਼ਤਰ ਦੇ ਘਰਾਓ ਤੋਂ ਉਹਨਾਂ ਨੇ 16 ਤਰੀਕ ਨੂੰ ਜਦੋਂ ਬੈਠਣ ਲੱਗਿਆ ਉਦੋਂ ਵੀ ਰੋਕਿਆ, ਅਸੀਂ ਉਦਣ ਦੇ ਲਗਾਤਾਰ 2.5 ਮਹੀਨੇ ਤੋਂ 2.5 ਮਹੀਨੇ ਤੋਂ ਜਿਹੜਾ ਸੰਘਰਸ਼ ਕਰ ਰਹੀ
बिल्कुल सर असं मानते हैं कि इन्हों सिखी दावनावान की कोई कदर नहीं हैगी। पुलिस हमेशा इदा का किरदार निभाई है तो हूँ भी, पर असं आप जो हौसले पस्त नहीं होने देवे, असं महिला डॉक्टर के इंसाफ लिए लगातार डटे रहेंगे। व्हीकल बहुत बुरी तरह स्पीकर वाला एक व्हीकल सीगा, बहुत बुरी तरह भन्निया पुलिस ने, टारगेट करके व्हीकल के ड्राइवर ने बहुत मारिया कि तू क्यों लैके आया मैनू उस गड्डी दे विच, असीं नारे मार रहे सानू बहुत बुरी तरह उन्होंने ला के कुटिया है। जिहड़ा अज्ज ने पहला भी रोस प्रोटेस्ट किया अज्ज भी किया सीगा, इह आपणा पीसफुल करदे, असीं बड़ी कोशिश की समझाउण दे इन्हां नूं, इन्हां पहलां बैरीकेड तोड़े, फिर डांगा चलाईआं पुलिस ते पत्थर मारे रोड़े मारे इन्हां ने, ते हार के इन्हां नूं असीं खंडाउण वास्ते जी हल्का लट जाया कीता। देखो हर बंद हक है पीसफुली बजारा कर सकता है, ये तुसी पत्थर मारो पुलिस दे रोड़े मारो डांगा मारो, मंग तो पता ही चल पुराना चलता चलता डी साहब इंक्वायरी कर रहे हो। देखो मैं पहले मैं आज नाम फाद मेरे नाम बचा आप इस बात में दिखा बाकी।